ਸਤਿ ਸ਼੍ਰੀ ਅਕਾਲ ਜੀ। ਨਮਸਤੇ, ਅਦਾਬ, ਰਾਮ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਇੱਕ ਪੋਸਟ ਪਾਈ ਸੀਗੀ ਸਵੇਰੇ ਤੇ ਉਹਦੇ ਸੰਬੰਧ ਦੇ ਵਿੱਚ ਜਿਹੜਾ ਮੈਂ ਲਾਈਵ ਹੋਣ ਜਾ ਰਿਹਾ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਮੈਂ ਅਜੇ ਤੱਕ ਨਹੀਂ ਇਹ ਗੱਲ ਕਹੀ ਵੀ ਤੁਸੀਂ ਇਸ ਲਾਈਵ ਨੂੰ ਸ਼ੇਅਰ ਕਰਿਓ। ਠੀਕ ਆ? ਤੇ ਅੱਜ ਮੈਂ ਇਹ ਬੇਨਤੀ ਕਰਨੀ ਚਾਹਨਾ ਵੀ ਜਿਹੜੀ ਅੱਜ ਆਪਾਂ ਗੱਲਬਾਤ ਆ ਉਹ ਪੂਰੀ ਖੁੱਲ੍ਹ ਕੇ ਕਰਾਂਗੇ ਨਾ ਕਿਸੇ ਦੇ ਡਰ ਤੋਂ ਨਾ ਕਿਸੇ ਦੇ ਛੇਪ ਤੋਂ ਠੀਕ ਆ ਤੇ ਮੈਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਸੱਚ ਦੀ ਲੜਾਈ ਤੇ ਠੀਕ ਆ ਆਪਾਂ ਖੜੇ ਆ ਦਿੱਲੀ ਮੋਰਚੇ ਮੋਰਚੇ ਦੇ ਵਿੱਚ ਗੁਰੂਆਂ ਦੀ ਜਿੱਥੇ ਬਹੁਤ અપਾਰ ਕਿਰਪਾ ਹੈ ਠੀਕ ਹੈ ਤੇ ਜੋ ਵੀ ਮੈਂ ਬੋਲੂਗਾ ਮੈਂ ਸੱਚ ਬੋਲੂਗਾ ਮੈਨੂੰ ਜਿਹੜੇ ਮਰਜ਼ੀ ਗੁਰਦੁਆਰੇ ਲਿਜਾ ਕੇ ਕੋਈ ਵੀ ਬੰਦਾ ਜਿਹੜਾ ਸੌਂ ਪਵਾ ਸਕਦਾ ਠੀਕ ਆ ਜੇ ਇੱਕ ਵੀ ਗੱਲ ਦਾ ਝੂਠ ਹੋਵੇ ਇੱਕ ਵੀ ਗੱਲ ਦੇ ਵਿੱਚ ਆਪਾਂ ਆਪਾਂ ਝੂਠ ਆਪਦੇ ਕੋਲੋਂ ਲਾ ਕੇ ਕੋਈ ਵੀ ਗੱਲ ਕਹੀਏ ਹਨਾ ਮੈਂ 25 ਨਵੰਬਰ 2020 ਤੋਂ ਜਿਹੜਾ ਸਟਾਰਟ ਕਰੂੰਗਾ 25 ਨਵੰਬਰ ਤੋਂ ਨਹੀਂ ਕਰੂੰਗਾ 25 ਸਤੰਬਰ ਤੋਂ ਕਰੂੰਗਾ ਜਿਸ ਦਿਨ ਸਾਰੇ ਆਪਣੇ ਸੰਯੁਕਤ ਮੋਰਚੇ ਨੇ ਸਾਰਿਆਂ ਨੇ ਇਸ ਗੱਲ ਦਾ ਐਲਾਨ ਕੀਤਾ ਸੀਗਾ ਆਪਾਂ ਚੱਕਿਆ ਜਾਮ ਕੀਤਾ ਸੀਗਾ ਤੇ ਉਸ ਦਿਨ ਤੋਂ ਮੈਂ ਇਸ ਸੰਘਰਸ਼ ਦੇ ਨਾਲ ਤੁਰਿਆ ਹੋਇਆ ਤੇ ਉਦੋਂ ਬਾਅਦ ਮੈਂ 2 ਮਹੀਨੇ ਠੀਕ ਆ ਆਪਣੇ ਯਾਰਾਂ ਦੋਸਤਾਂ ਦੇ ਨਾਲ ਨਾਲ ਮੇਰੇ ਭਾਈ ਲੱਖਾ ਸਦਾਣਾ ਵੀ ਹੁੰਦਾ ਸੀ ਠੀਕ ਆ ਤੇ ਦਿਨ ਰਾਤ ਜਾਨੀ ਕਿ ਇੱਕ ਕੀਤਾ ਠੀਕ ਆ ਇਹ ਸਾਰਿਆਂ ਨੂੰ ਪਤਾ ਯਾਰ ਠੀਕ ਆ ਟੂਰਨਾਮੈਂਟਾਂ ਤੇ ਜਾ ਕੇ ਵੀ ਹੋਰ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਹਨਾ ਜਿੱਥੇ-ਜਿੱਥੇ ਵੀ ਆਪਾਂ ਨੂੰ ਜਗ੍ਹਾ ਮਿਲਦੀ ਸੀ ਵੀ ਇੱਥੇ ਕਿਸਾਨੀ ਦਾ ਯਾਨੀ ਕਿ ਪ੍ਰਚਾਰ ਕਰਨਾ ਚਾਹੀਦਾ ਤੇ ਆਪਾਂ ਜਾ ਕੇ ਕੀਤਾ 25 ਨਵੰਬਰ 26 ਨਵੰਬਰ ਨੂੰ ਅਸੀਂ ਪਿੰਡੋ ਤੁਰੇ ਆ ਮੈਂ ਪਹਿਲੇ ਦਿਨ ਤੋਂ ਮੈਂ ਪਹਿਲੇ ਦਿਨ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨਾਲ ਜੁੜ ਕੇ ਯਾਨੀ ਕਿ ਇਹਨਾਂ ਦੇ ਪਿੱਛੇ ਰਹਿ ਕੇ ਕੰਮ ਕੀਤਾ ਠੀਕ ਹੈ ਕੋਈ ਵੀ ਇਹਨਾਂ ਦਾ ਐਕਸ਼ਨ ਹੁੰਦਾ ਸੀ ਚਾਹੇ ਉਹ 25 ਵਾਲਾ ਐਕਸ਼ਨ ਸੀ ਚਾਹੇ ਉਹ ਹੋਰ ਜਿਹੜੇ ਤੋਂ ਬਾਅਦ ਐਕਸ਼ਨ ਸੀਗੇ ਠੀਕ ਆ ਆਪਾਂ ਜਥੇਬੰਦੀ ਤੋਂ ਕਦੇ ਵੀ ਬਾਹਰ ਨਹੀਂ ਹੋਏ 26 ਨਵੰਬਰ ਨੂੰ ਘਰੋਂ ਚੱਲੇ ਡੱਬਾ ਵਾਲੀ ਵੇਚਦੀ ਹੁੰਦੇ ਹੋਏ ਇੱਕ ਰਾਤ ਉੱਥੇ ਵੀ ਕੱਟੀ ਠੀਕ ਹੈ 28 ਨਵੰਬਰ ਨੂੰ ਇੱਥੇ ਪਹੁੰਚੇ ਆ ਅੱਜ ਪੂਰੇ 5 ਮਹੀਨੇ ਕੱਲ ਨੂੰ ਹੋ ਜਾਣੇ ਆ ਸਾਨੂੰ ਘਰੋਂ ਚੱਲਿਆ ਨੂੰ ਅੱਜ 25 ਨਵੰਬਰ 25 ਆਹ ਹੋ ਗਈ ਅਪ੍ਰੈਲ ਤੇ ਮੈਂ ਮੇਰੇ ਦਿਲ ਦੇ ਵਿੱਚ ਬਹੁਤ ਕੁੱਸ ਸੀਗਾ ਮੇਰੇ ਮੈਂ ਕਹਿੰਦਾ ਯਾਰ ਵੀ ਇਹ ਸਾਰੀ ਦੁਨੀਆ ਨੂੰ ਪਤਾ ਮੈਂ ਇਹ ਗੱਲ ਕੋਈ ਦੱਸ ਕੇ ਕੋਈ ਆਪਦੀ ਇਹੋ ਨਹੀਂ ਕਰਨੀ ਚਾਹੁੰਦਾ ਵੀ ਇੱਥੇ ਕੀ ਕੀਤਾ ਕੀ ਨਹੀਂ ਕੀਤਾ ਇਹ ਸਾਰੀ ਦੁਨੀਆ ਨੂੰ ਪਤਾ ਇਹ ਸਾਰੇ ਲੋਕਾਂ ਨੂੰ ਪਤਾ ਠੀਕ ਆ ਜਿਹੜੇ ਇੱਥੇ ਆਉਂਦੇ ਵੀ ਰਹੇ ਆ ਤੇ ਜਿਹੜੇ ਲੋਕ ਇਸ ਮੋਰਚੇ ਨੂੰ ਲਾਈਵ ਦੇ ਜ਼ਰੀਏ ਟਿਕਰੀ ਬਾਰਡਰ ਤੇ ਸਪੈਸ਼ਲੀ ਠੀਕ ਆ ਇਸ ਮੋਰਚੇ ਨੂੰ ਵਾਚ ਕਰਦੇ ਰਹੇ ਆ ਠੀਕ ਆ ਕੋਈ ਵੀ ਕਮਿਨੀ ਜਿਹੜੀ ਜਾਨਕੀ ਸੰਗਤ ਨੇ ਆਉਣ ਦਿੱਤੀ ਆਪਾਂ ਬਾਬੇ ਨਾਨਕ ਦੇ ਸੇਵਾਦਾਰ ਬਣ ਕੇ ਠੀਕ ਹੈ ਬਾਈ ਇੱਥੇ ਸੇਵਾ ਕੀਤੀ ਆ ਨਾ ਕਿਸੇ ਤੋਂ ਪੈਸਾ ਲਿਆ ਠੀਕ ਹੈ ਨਾ ਹੀ ਠੀਕ ਹੈ ਕਿਸੇ ਨੂੰ ਗਲਤ ਬੋਲਿਆ ਅੱਜ ਤੱਕ ਨਾ ਹੀ ਕਿਸੇ ਨੂੰ ਜਾਨਕੀ ਕਿਸੇ ਦਾ ਕੂੜ ਪ੍ਰਚਾਰ ਕੀਤਾ ਠੀਕ ਹੈ ਇਹ ਸਾਰੀ ਦੁਨੀਆ ਨੂੰ ਪਤਾ ਹੈ ਠੀਕ ਹੈ ਹੁਣ ਕੀ ਗੱਲ ਹੋਈ ਆ ਉਹ ਗੱਲਾਂ ਛੱਡ ਕੇ ਪਰਸੋਂ ਸਿੰਘੂ ਵਾਲੇ ਦਿਨ ਜਿਸ ਦਿਨ ਸਿੰਘੂ ਅ ਮੀਟਿੰਗ ਰੱਖੀ ਗਈ ਹੈ ਸੰਯੁਕਤ ਮੋਰਚੇ ਦੀ ਉਸ ਦਿਨ ਕੀ ਹੋਇਆ ਮੈਨੂੰ ਫੋਨ ਆਇਆ ਸਾਡਾ ਵੀਰ ਹੈ ਰੇਸ਼ਮ ਠੀਕ ਹੈ ਰੇਸ਼ਮ ਦਾ ਫੋਨ ਆਇਆ ਕਹਿੰਦਾ ਵੀ ਭਾਈ ਇਦਾਂ ਕਰਕੇ ਵੀ ਆਪਾਂ ਜਥੇਬੰਦੀਆਂ ਦੀ ਮੀਟਿੰਗ ਹੈ ਤੇ ਵੀ ਆਪਾਂ ਉੱਥੇ ਮਿਲਣਾ ਯਾਰ ਉਹਨਾਂ ਨੂੰ ਹਨਾ ਵੀ ਜਿਹੜਾ ਸੰਸਦ ਵਾਲਾ ਪ੍ਰੋਗਰਾਮ ਆ ਉਹ ਜਾਨੀ ਕਿ ਵੀ ਕੈਨਸਲ ਜਾਂ ਪਤਾ ਨਹੀਂ ਕੀ ਇਹਦੇ ਬਾਰੇ ਕੋਈ ਗੱਲ ਹੋਈ ਸੀ ਵੀ ਕੈਨਸਲ ਹੋ ਗਿਆ ਜਾਂ ਪੋਸਟਪੋਨ ਹੋ ਗਿਆ ਹਨਾ ਵੀ ਆਪਾਂ ਸਾਰੇ ਰਲ ਮਿਲ ਕੇ ਸਾਰੇ ਭਰਾ ਆਪਾਂ ਗੱਲਬਾਤ ਕਰਾਂਗੇ ਤੇ ਵੀ ਤੂੰ ਵੀ ਆਈ ਉੱਥੇ ਯਾਰ ਮੈਂ ਸੌ ਖਾ ਕੇ ਇਹ ਗੱਲ ਕਹਿਣਾ ਹਨਾ ਵੀ ਜੇ ਮੇਰੇ ਦਿਲ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ ਠੀਕ ਹੈ ਅਸੀਂ ਉੱਥੇ ਗਏ ਆ ਉੱਥੇ ਆਗੂ ਵੀ ਅੰਦਰ ਸੀ ਨਵਦੀਪ ਵਾਟਰ ਕੈਨਨ ਵਾਲਾ ਅਸੀਂ ਇਕੱਠਿਆਂ ਨੇ ਉੱਥੇ ਰੋਟੀ ਖਾਧੀ ਆ ਉਹ ਵੀ ਉੱਥੇ ਸੀ ਮੈਂ ਕੱਲੇ ਨਵਦੀਪ ਵਾਟਰ ਕੈਨਨ ਨੂੰ ਉੱਥੇ ਜਾਣਦਾ ਸੀ ਜਾਂ ਮੁੰਡਾ ਰੇਸ਼ਮ ਜਾਂ ਇੱਕ ਰਮਨ ਮੁੰਡਾ ਠੀਕ ਹੈ ਰਮਨ ਨੂੰ ਮੈਂ ਇੱਕ ਵਾਰੀ ਮਿਲਿਆ ਇਹ ਤੋਂ ਪਹਿਲਾਂ ਰੇਸ਼ਮ ਨੂੰ ਮੈਂ ਦੋ ਤਿੰਨ ਵਾਰੀ ਮਿਲਿਆ ਠੀਕ ਹੈ ਉੱਥੇ ਜਾ ਕੇ ਮੈਂ ਠੀਕ ਹੈ ਉੱਥੇ ਬੈਠੇ ਆ ਮੈਂ ਕੋਈ ਭਾਸ਼ਣ ਨਹੀਂ ਦਿੱਤਾ ਉੱਥੇ ਠੀਕ ਹੈ ਨਾ ਮੈਂ ਕੋਈ ਉੱਥੇ ਕੋਈ ਗੱਲਬਾਤ ਹੁੱਲੜਬਾਜੀ ਵਾਲੀ ਕੀਤੀ ਆ ਠੀਕ ਹੈ ਉਦੋਂ ਬਾਅਦ ਕੀ ਹੁੰਦਾ ਉੱਥੇ ਅ ਅਸੀਂ ਬੈਠੇ ਆ ਦਰਿਆਾਂ ਤੇ ਜਿਹੜੇ ਸਾਡੇ ਆਗੂ ਨੇ ਠੀਕ ਹੈ ਉਹ ਉੱਥੇ ਜਾਨੀ ਕਿ ਲੰਘ ਜਾਂਦੇ ਆ ਤੇ ਮੁੰਡਿਆਂ ਨੇ ਜਿਹੜਾ ਜਾ ਕੇ ਬਾਹਰ ਠੀਕ ਹੈ ਉੱਥੇ ਉਹਨਾਂ ਨੂੰ ਸਵਾਲ ਪੁੱਛੇ ਜਿਨ੍ਹਾਂ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਲੋਂ ਠੀਕ ਹੈ ਮੈਂ ਇਹੋ ਜਿਹਾ ਬੰਦਾ ਜਿੱਥੇ ਮੈਂ ਗਲਤ ਹੋਊਗਾ ਠੀਕ ਹੈ ਦੀਪ ਸਿੱਧੂ ਵਾਲੇ ਮਾਮਲੇ 'ਚ ਮੈਂ ਗਲਤ ਸੀ ਤਾਂ ਮੈਂ ਮਾਫੀ ਮੰਗੀ ਆ ਜੇ ਮੈਂ ਇਸ ਮਾਮਲੇ 'ਚ ਵੀ ਗਲਤ ਹੋਊਗਾ ਨਾ ਤਾਂ ਮੈਂ ਪੈਰੀ ਹੱਥ ਲਾ ਕੇ ਮਾਫੀ ਮੰਗੂਗਾ ਉੱਥੇ ਜੋਗਿੰਦਰ ਸਿੰਘ ਉਗਰਾਹਾਂ ਦੇ ਨਾਲ ਕੁਝ ਨੌਜਵਾਨ ਗੱਲਬਾਤ ਕਰ ਰਹੇ ਸੀਗੇ ਠੀਕ ਹੈ ਤੇ ਯਾਰ ਮੈਂ ਕੋਈ ਉਹਦੇ ਵਿੱਚ ਮੇਰੀ ਕੋਈ ਫੋਟੋ ਆਈ ਹੋਵੇ ਠੀਕ ਹੈ ਜਾਂ ਮੇਰਾ ਕੋਈ ਭਰਾ ਉੱਥੇ ਜਿਹੜੇ ਮੇਰੇ ਨਾਲ ਭਰਾ ਗਏ ਸੀ ਠੀਕ ਆ ਉਹ ਉਹਦੇ ਵਿੱਚ ਹੋਣ ਵੀ ਆਪਾਂ ਹੁੱਲੜਵਾਜੀ ਕੀਤੀ ਜਾਂ ਕੋਈ ਗਲਤ ਬੋਲਿਆ ਸਾਨੂੰ ਸੈਲਫ ਰਿਸਪੈਕਟ ਦਾ ਪਤਾ ਠੀਕ ਆ ਵੀ ਬਜ਼ੁਰਗਾਂ ਦੀ ਕਦਰ ਕਰਨੀ ਆ ਜਾਂ ਕਿੱਦਾਂ ਕਰਨੀ ਆ ਠੀਕ ਆ ਮੈਂ ਕੋਈ ਉਹੀ ਘਰੋਂ ਕੱਢਿਆ ਵੱਢਿਆ ਨਹੀਂਗਾ ਠੀਕ ਆ ਕੀ ਗੱਲ ਹੋਈ ਅਸੀਂ ਉੱਥੋਂ ਬਈ ਜਦੋਂ ਕੋਈ ਗੱਲ ਸਿਰੇ ਲੱਗੀ ਨਾ ਦਿਖੀ ਜਦੋਂ ਮਨਜੀਤ ਸਿੰਘ ਰਾਏ ਇੱਕ ਦੋ ਆਗੂ ਮਨਜੀਤ ਸਿੰਘ ਰਾਏ ਦਾ ਮੈਨੂੰ ਪਤਾ ਉਹਨਾਂ ਨੇ ਆ ਕੇ ਇਹ ਗੱਲ ਕਹੀ ਵੀ ਆਪਾਂ ਫੇਰ ਮੀਟਿੰਗ ਕਰਾਂਗੇ ਵੀ ਹੁਣ ਇਸ ਟਾਈਮ ਜਿਹੜਾ ਮਾਹੌਲ ਉਹ ਸਹੀ ਨਹੀਂਗਾ ਠੀਕ ਆ ਆਪਾਂ ਬਈ ਉੱਥੋਂ ਡਾਕਟਰ ਪਏ ਆ ਮੇਰੇ ਨਾਲ ਡਾਕਟਰ ਸੁਆਬੀਮਾਨ ਸਿੰਘ ਸੀਗੇ ਔਰ ਡਾਕਟਰ ਸੁਆਬੀਮਾਨ ਸਿੰਘ ਵਿਚਾਰਾ ਯਾਰ ਅਮਰੀਕਾ ਛੱਡ ਕੇ ਆ ਗਿਆ ਠੀਕ ਆ ਤੇ ਉਹ ਬੰਦਾ ਸੱਦਿਆ ਡਾਕਟਰ ਦਰਸ਼ਨਪਾਲ ਸਿੰਘ ਨੇ ਠੀਕ ਆ ਉੱਥੇ ਵੀ ਆਪਣੀ ਸੰਯੁਕਤ ਮੋਰਚੇ ਦੀ ਅੱਜ ਜਿਹੜੀ ਮੀਟਿੰਗ ਹੈ ਤੇ ਆਪਾਂ ਉੱਥੇ ਮੀਟਿੰਗ ਕਰਨੀ ਆ ਵੀ ਤੁਸੀਂ ਡਾਕਟਰ ਸਾਹਿਬ ਤੁਸੀਂ ਵੀ ਆਇਓ ਉਦੋਂ ਬਾਅਦ ਕੀ ਹੁੰਦਾ ਅਸੀਂ ਪਿੰਡ ਆ ਗਏ ਠੀਕ ਆ ਪਿੰਡ ਕਿਹੜੇ ਟਿਕਰੀ ਬਾਰਡਰ ਤੇ ਸੋ ਕੱਲ ਅ ਚੱਲੀ ਗਿਆ ਹਨਾ ਜੋ ਵੀ ਚੱਲੀ ਗਿਆ ਕੱਲ ਸਾਡੇ ਸਤਕਾਰਯੋਗ ਸਰਦਾਰ ਜਗਿੰਦਰ ਸਿੰਘ ਜੀ ਉਗਰਾਹਾ ਸਾਹਿਬ ਨੇ ਸਟੇਜ ਤੋਂ ਬੜੀ ਏਕੇ ਦੀ ਜਿਹੜੀ ਗੱਲਬਾਤ ਕੀਤੀ ਆ ਬਹੁਤ ਮਾਣ ਵਾਲੀ ਗੱਲ ਆ ਵੀ ਬਹੁਤ ਸੋਹਣੀਆਂ ਏਕੇ ਦੀਆਂ ਗੱਲਾਂ ਕੀਤੀਆਂ ਵੀ ਇਹ ਖਾਲਸਤਾਨੀ ਨੇ ਕੁਸ਼ ਜਿਹੜੇ ਸੀਗੇ ਯੂਨੀਵਰਸਿਟੀ ਵਾਲੇ ਸੀ ਕੁਸ਼ ਲੱਖੇ ਦੇ ਬੰਦੇ ਸੀ ਠੀਕ ਹੈ ਤੇ ਇਹਨਾਂ ਨੇ ਟੱਕੇ ਨਾਲ ਠੀਕ ਹੈ ਵੀ ਉਹ ਲੈਣੀ ਚਾਹੀਵੀ ਸਾਨੂੰ ਤਰੀਕ ਦੱਸ ਕੇ ਜਾਓ ਮੇਰਾ ਨਾਂ ਸਪੈਸ਼ਲ ਲਿਆ ਇੱਕ ਜਲਾਲ ਦਾ ਕੋਈ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਇਹ ਗੱਲ ਕਹੀ ਇੱਕ ਖੱਚ ਜਾਂ ਡਾਕਟਰ ਮੈਂ ਸਰਦਾਰ ਜਗਿੰਦਰ ਸਿੰਘ ਜੀ ਅਗਰਾਹਾਂ ਸਾਹਿਬ ਨੂੰ ਇਹ ਬੇਨਤੀ ਕਰਨੀ ਚਾਹਨਾ ਅਗਰਾਹਾਂ ਸਾਹਿਬ ਤੁਸੀਂ ਸਾਡੇ ਦਾਦਿਆਂ ਵਰਗੇ ਆ ਮੈਂ ਮੇਰੇ ਦਿਲ ਦੇ ਵਿੱਚ ਰਿਸਪੈਕਟ ਜਿਹੜੀ ਆ ਨਾ ਉਹ ਤੁਹਾਡੀ ਇੱਕ ਐ ਜੇ ਮੇਰੇ grandfather ਵਰਗੀ ਆ ਹਨਾ ਅੱਜ ਵੀ ਹੈਗੀ ਆ ਠੀਕ ਆ ਉਹ ਤੁਹਾਡੀ ਸਿਆਣਪ ਸੀਗੀ ਵੀ ਤੁਸੀਂ ਜਿਹੜਾ ਸਟੇਜ ਤੇ ਜੋ ਵੀ ਬੋਲਿਆ ਠੀਕ ਆ ਉਹ ਤੁਹਾਡੀ ਸਿਆਣਪ ਸੀ ਜਾਂ ਤੁਸੀਂ ਹਾਈਪਰ ਹੋ ਕੇ ਬੋਲੇ ਜਾਂ ਤੁਹਾਨੂੰ ਨੌਲੇਜ ਹੀ ਆਪਦੇ ਜਿਹੜੇ ਤੁਸੀਂ ਕਹਿੰਦੇ ਨਾ ਸਾਡੀ ਇਨਵੈਸਟੀਗੇਸ਼ਨ ਬਾਹਲੀ ਤਕੜੀ ਆ ਤੁਸੀਂ ਕਹਿੰਦੇ ਨਾ ਸਾਡੀ ਸੀਆਈਡੀ ਬਾਹਲੀ ਤਕੜੀ ਆ ਵੀ ਅਸੀਂ ਪਤਾ ਕਰਾ ਲਿਆ ਮੈਂ ਕਹਿੰਦਾ ਤੁਹਾਡੀ ਜਿਹੜੀ ਸੀਆਈਡੀ ਆ ਉਹ ਕੱਖ ਵੀ ਨਹੀਂ ਤੁਸੀਂ ਜਿਵੇਂ ਤੁਹਾਨੂੰ ਕਿਸੇ ਨੇ ਉਂਗਲ ਲਾਤੀ ਠੀਕ ਹੈ ਤੁਸੀਂ ਉਵੇਂ ਹੀ ਉਹਦੇ ਪਿੱਛੇ ਲੱਗ ਜਾਣਾ ਮੈਂ ਚੁੱਪ ਰਿਆ ਠੀਕ ਹੈ ਇਹ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਦੀ ਜਥੇਬੰਦੀ ਠੀਕ ਹੈ ਮੈਂ ਆਪਾਂ ਯਾਰ ਉਹ ਗੱਲ ਮਾੜੇ ਕਹਿੰਦੇ ਕਹਿੰਦੇ ਜਦੋਂ 27 ਜਨਵਰੀ ਸੀਗੀ ਜਦੋਂ ਲਾਲ ਕਿਲੇ ਤੇ ਜੋ ਵੀ ਹੋਇਆ ਉਸ ਤੋਂ ਬਾਅਦ ਠੀਕ ਹੈ ਆ ਕੇ ਮੈਨੂੰ ਇਹ ਗੱਲ ਕਹੀ ਗਈ ਸੀ ਤੂੰ ਪਾ ਜਾ ਓਏ ਜਥੇਬੰਦੀ ਨੇ ਐਲਾਨ ਕਰਤਾ ਵੀ ਰੁਪਿੰਦਰ ਹੁਣੀ ਗਦਾਰ ਆ ਰੁਪਿੰਦਰ ਹੁਣੀ ਜਿਹੜੇ ਏਜੰਸੀਆਂ ਦੇ ਬੰਦੇ ਨੇ ਜਿਹੜੀਆਂ ਲਾਲਕਲਾ ਵਾਲੀ ਘਟਨਾ ਲੱਖਾ ਸਦਾਨਾ ਤਰਾੜੀਆ ਲੱਖਾ ਤੇਰੇ ਕੋਲੇ ਆਉਂਦਾ ਰਿਹਾ ਠੀਕ ਹੈ ਤੇ ਤੂੰ ਇੱਥੇ ਮੀਟਿੰਗਾਂ ਕਰਵਾਈਆਂ ਉਹ ਫਿਟੇ ਲਾਣਤਾ ਥੋਡੀ ਸੀਆਈਡੀ ਆ ਯਾਰ ਆ ਥੋਡੀ ਸੀਆਈਡੀ ਆ ਤੂੰ ਹੀ ਕਹਿੰਨੇ ਸਾਨੂੰ 40 ਸਾਲ ਹੋ ਗਏ ਕੰਮ ਕਰਦਿਆਂ ਨੂੰ ਠੀਕ ਹੈ ਥੋਡੀ ਆ ਸੀਆਈਡੀ ਆ ਤੁਹਾਨੂੰ ਪਤਾ ਹੀ ਕਿਸੇ ਗੱਲ ਦਾ ਨਹੀਂਗਾ ਤੁਸੀਂ ਲਾਈ ਲੱਗ ਲੋਕ ਹੋ ਕੰਨਾਂ ਦੇ ਕੱਚੇ ਲੋਕ ਹੋ ਠੀਕ ਹੈ ਮੈਂ ਹੱਥ ਬੰਨ ਕੇ ਮੈਂ ਬਹੁਤ ਰਿਸਪੈਕਟ ਕਰਦਾ ਹਾਂ ਅਗਰਾਹਾ ਸਾਹਿਬ ਤੁਹਾਡੀ ਬਹੁਤ ਰਿਸਪੈਕਟ ਮੈਨੂੰ ਬੰਦੇ ਨਾ ਚੇਡਾਂ ਕਰਦੇ ਆ ਫੋਨ ਕਰ ਕਰਕੇ ਆ ਦੇਖ ਤੇਰੇ ਅਗਰਾਹਾ ਨੇ ਦੇਤਾ ਨਾਮ ਵੀ ਤੂੰ ਤਾਂ ਕਹਿੰਦਾ ਹੈਗਾ ਨਾ ਓਏ ਆਪਣੇ ਦਾਦਿਆਂ ਵਰਗਾ ਨਾ ਓਏ ਦਾਦਿਆਂ ਵਰਗਾ ਆਪਾਂ ਗਲਤ ਨਹੀਂ ਬੋਲਣਾ ਯਾਰ ਆਪਾਂ ਗਲਤ ਨਹੀਂ ਬੋਲਣਾ ਪਰ ਅਗਰਾਹਾ ਸਾਹਿਬ ਮੈਂ ਕਹਿੰਦਾ ਵੀ ਤੁਸੀਂ ਜਿਹੜੀ ਕੱਲ ਸ਼ਬਦਾਵਲੀ ਚਲ ਮੈਨੂੰ ਤਾਂ ਇੱਕ ਜਲਾਲ ਦਾ ਹੀ ਕਿਹਾ ਸੀ ਉਹ ਅਮਰੀਕਾ ਤੋਂ ਆਇਆ ਡਾਕਟਰ ਵਿਚਾਰਾ ਠੀਕ ਹੈ ਜਿਹੜਾ ਬੰਦਾ ਸਾਰਾ ਕੁਝ ਛੱਡ ਕੇ ਆ ਕੇ ਟਿਕਰੀ ਬਾਰਡਰ ਤੇ ਆ ਕੇ ਪੁੱਛਿਓ ਠੀਕ ਹੈ ਜਿਹੜਾ ਬੰਦਾ ਘਰੇ ਵੀ ਨਹੀਂ ਗਿਆ ਉਹਦੇ ਵੀ ਘਰ ਦੇ ਜਵਾਕ ਡੀਕਦੇ ਆ ਅਸੀਂ ਆਪਦੇ ਘਰੇ ਨਹੀਂ ਗਏ ਠੀਕ ਹੈ ਤੁਸੀਂ ਤਾਂ ਅਰੇਸਟਾਂ ਵੀ ਕਰਿਆਏ ਆ ਤੁਸੀਂ ਤਾਂ ਆਪਦਾ ਪੰਜਾਬ ਦੇ ਵਿੱਚ ਰੇਲੀਆਂ ਰੂਲੀਆਂ ਵੀ ਕਰਦੇ ਫਿਰਦੇ ਆ ਠੀਕ ਆ ਆ ਕਦੇ ਕਿਸੇ ਦੀ ਰੈਲੀ ਕਿਸੇ ਕਿਸੇ ਦੀ ਵਰਸ਼ੀ ਠੀਕ ਆ ਅਸੀਂ ਤਾਂ ਇੱਥੇ ਬੈਠੇ ਆ ਮੇਰਾ ਮੁੰਡਾ ਬਿਮਾਰ ਸੀਗਾ ਮੈਂ ਇੱਥੇ ਹੀ ਰਿਹਾ ਇੱਥੇ ਹੀ ਰਿਹਾ ਪਰ ਦੁੱਖ ਉਦੋਂ ਲੱਗਿਆ ਜਦੋਂ ਰਾਤ 25 ਬੰਦੇ ਸਰਦਾਰ ਮਨਜੀਤ ਸਿੰਘ ਬਾਈ ਆਪਣਾ ਕਰਾਚੋ ਬਾਈ ਮਨਜੀਤ ਤੈਨੂੰ ਮੈਂ ਇਹ ਗੱਲ ਪੁੱਛਣੀ ਚਾਹਣਾ ਜਦੋਂ ਤੂੰ ਇੱਥੋਂ ਦੀ ਲੰਘਦਾ ਕਦੋਂ ਵੀ ਤੇਰੀ ਇੱਜ਼ਤ ਨਹੀਂ ਕੀਤੀ ਤੈਨੂੰ ਸਸਰੀਕਾਲ ਬੁਲਾ ਕੇ ਬਾਈ ਐ ਨਿਮਕੇ ਵੀ ਬਾਈ ਸਸਰੀਕਾਲ ਉਹ ਵੀ ਤੂੰ ਇੱਕ ਗਾਤਰਾ ਪਾਇਆ ਹੋ ਸਾਤ ਸੂਰਤ ਸਿੰਘ ਆ ਤੁਸੀਂ ਜਿਹੜਾ ਆ ਕੇ ਇੱਥੇ ਮੇਰੇ ਜਿਹੜੇ ਘਰ ਦੇ ਵਿੱਚ ਵੜ ਕੇ 11 ਵਜੇ ਰਾਤ ਨੂੰ ਠੀਕ ਹੈ ਉਹ ਤਾਂ ਰਾਤ ਵਾਇਗਰੂ ਦੀ ਕਿਰਪਾ ਰਹੀ ਅਸੀਂ ਰੋਟੀ ਰੋਟੀ ਖਾ ਕੇ ਤੁਰਨ ਫਿਰਨ ਗਏ ਵੇ ਸੀ ਠੀਕ ਆ ਜੇ ਅਸੀਂ ਇੱਥੇ ਹੁੰਦੇ ਜੇ ਅਸੀਂ ਇੱਥੇ ਹੁੰਦੇ ਠੀਕ ਆ ਉਧਰੋਂ ਤੁਸੀਂ ਆਗੇ ਸੀ ਤੁਹਾਡੇ ਬੰਦੇ ਸਾਨੂੰ दारू ਪੀਤੀ ਦੀ ਗਾਲਾਂ ਕੱਢਦੇ ਸੀ ਆਪਾਂ ਭਿੜ ਜਾਂਦੇ ਠੀਕ ਆ ਅਸੀਂ ਨੌਜਵਾਨ ਸੀ ਉਹ ਬਜ਼ੁਰਗ ਸੀ ਇੱਕ ਦੂਜੇ ਦੇ ਆਪਾਂ ਮਾਰਦੇ ਉੱਥੇ ਗਲਤ ਕਿਹਨੇ ਹੋਣਾ ਸੀ ਉੱਥੇ ਨੌਜਵਾਨੀ ਨੇ ਗਲਤ ਕਰ ਰਹੀ ਉਹੀ ਤੁਸੀਂ ਸਾਨੂੰ ਕਰਨ ਨੂੰ ਫਿਰਦੇ ਹੋ ਠੀਕ ਆ ਆ ਆ ਮਾਮਾ ਆ ਕੇ ਦੱਸਣ ਗਿਆ ਬੇਬੇ ਵਰਗੀਆਂ ਰਾਤ ਸਾਡੀ ਰਾਖੀ ਕਰਦੀਆਂ ਸਾਰੀ ਰਾਤ ਆ ਭਰਾ ਇਹਨਾਂ ਦਾ ਬਹੁਤ ਧੰਨਵਾਦ ਠੀਕ ਆ ਹੋਰ ਭਰਾ ਵੀ ਜਿਹੜੇ ਆ ਇੱਥੇ ਹਜੇ ਆ ਨਹੀਂ ਸਕੇ ਠੀਕ ਆ ਜਿਹੜੇ ਚਟਾਨ ਵਾਂਗੂ ਖੜੇ ਪਰ ਮੈਂ ਮੈਨੂੰ ਅੱਜ ਦੁੱਖ ਆ ਯਾਰ ਵੀ ਬੰਦੇ ਨੂੰ ਗਲਤ ਕਿਵੇਂ ਸਾਬਤ ਕੀਤਾ ਜਾਂਦਾ ਠੀਕ ਆ ਮੈਂ ਸੌਂ ਖਾ ਕੇ ਕਹਿੰਦਾ ਜੇ ਇਸ ਗੱਲ ਦੇ ਵਿੱਚ ਜਿੰਨੀ ਵੀ ਮੈਂ ਗੱਲ ਕੀਤੀ ਆ ਜੇ ਮੈਂ ਕੋਈ ਵੀ ਠੀਕ ਆ ਇੱਕ ਵੀ ਲਫ਼ਜ਼ ਆਪਦੇ ਕੋਲੋਂ ਵਰਤਿਆ ਹੋਵੇ ਮੈਨੂੰ ਜਿੱਥੇ ਮਰਜੀ ਸੌਂ ਪਵਾ ਸਕਦਾ ਕੋਈ ਵੀ ਜਿਹੜੇ ਗੁਰਦੁਆਰੇ ਮਰਜੀ ਮੈਨੂੰ ਪੁੱਤ ਇੱਕ ਦਿੱਤਾ ਰੱਬ ਨੇ ਠੀਕ ਆ ਮੈਂ ਉਹਨੂੰ ਗੁਰਦੁਆਰੇ ਲੈ ਕੇ ਚੜਜੂਗਾ ਪਰ ਮੈਂ ਬੇਨਤੀ ਕਰਦਾ ਠੀਕ ਹੈ ਅਸੀਂ ਜਿਹੜਾ ਦਿਲੋਂ ਜੁੜੇ ਹੋਏ ਆ ਸੰਘਰਸ਼ ਦੇ ਨਾਲ ਠੀਕ ਹੈ ਹੋਰ ਪਤਾ ਨਹੀਂ ਕਿੰਨੇ ਕੁ ਲੋਕ ਜਿਹੜੇ ਆ ਉਹ ਦਿਲੋਂ ਜੁੜੇ ਹੋਏ ਨੇ ਇਸ ਸੰਘਰਸ਼ ਦੇ ਨਾਲ ਉਹਨਾਂ ਦੀਆਂ ਭਾਵਨਾਵਾਂ ਨੂੰ ਨਾ ਰੋਲੋ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰੋ ਉਹਨਾਂ ਨੂੰ ਉਹਨਾਂ ਨੂੰ ਭਾਵਨਾਵਾਂ ਉਹਨਾਂ ਦੀਆਂ ਭਾਵਨਾਵਾਂ ਨੂੰ ਨਾ ਮਿੱਟੀ 'ਚ ਨਾ ਰੋਲੋ ਬਾਈ ਬਣ ਕੇ ਬਹੁਤ ਵਧੀਆ ਗੱਲ ਆ 40 ਸਾਲ ਲੇਖੇ ਲਾਇਆ ਤੁਸੀਂ ਬਹੁਤ ਸੋਹਣੀ ਜਿਹੜੇ ਲੱਖੇ ਸਧਾਣੇ ਨੂੰ ਤੁਸੀਂ ਅੱਜ ਪਾੜਦੇ ਫਿਰਦੇ ਹੋ ਨਾ ਮੈਨੂੰ ਕਿਤੇ ਉਹਨੇ ਇਹ ਗੱਲ ਕਹੀ ਸੀ ਕਹਿੰਦਾ ਰਪਿੰਦਰ ਬਹੁਤ ਇਮਾਨਦਾਰ ਬੰਦਾ ਹੈ ਜੋਗਿੰਦਰ ਸਿੰਘ ਅਗਰਾਹਾ ਠੀਕ ਹੈ ਬੜਾ ਵਧੀਆ ਉਹਦੀ ਸੋਚ ਹੈ ਤਾਂ ਮੈਂ ਮੈਨੂੰ ਵੀ ਲੱਗਿਆ ਯਾਰ ਮੈਂ ਕਿਉਂਕਿ ਤੁਹਾਡੇ ਨਾਲ ਕਿਉਂ ਜੁੜਿਆ ਸੀ ਕਿਉਂਕਿ ਤੁਹਾਡੀ ਜਿਹੜੀ ਜਥੇਬੰਦੀ ਮੈਨੂੰ ਇਹ ਲੱਗਿਆ ਸੀਗਾ ਵੀ ਬੜੀ ਵਧੀਆ ਜਥੇਬੰਦੀ ਆ ਤੇ ਰੂਲ ਐਂਡ ਰੈਗੂਲੇਸ਼ਨ ਇਹਨਾਂ ਦੇ ਬੜੇ ਵਧੀਆ ਨੇ ਤੇ ਯਾਰ ਵੀ ਆਪਾਂ ਇਹਨਾਂ ਨਾਲ ਰਲ ਮਿਲ ਕੇ ਕਿਉਂਕਿ ਮੈਂ ਅਸੀਂ ਪੰਜਾਬ ਲਈ ਤੁਰੇ ਹੋਏ ਆ ਤੇ ਸਾਨੂੰ ਤੁਹਾਡੇ ਤੋਂ ਉਮੀਦਾਂ ਸੀ ਤੁਹਾਡੇ ਤੋਂ ਆ ਉਮੀਦਾਂ ਨਹੀਂ ਸੀਗੀਆਂ ਵੀ ਤੁਸੀਂ ਸਾਨੂੰ ਬਧਰਾਮ ਕਰੋਗੇ ਤੁਸੀਂ ਸਾਨੂੰ ਸਟੇਜਾਂ ਤੋਂ ਨਾਂ ਲੈ ਲੈ ਕੇ ਉਹ ਆ ਡਾਕਟਰ ਦਾ ਕੀ ਖਾਚ ਡਾਕਟਰ ਇੱਕ ਉਹਦੀਆਂ ਉਹਦੀਆਂ ਡਿਗਰੀਆਂ ਦੇਖ ਲਿਓ ਕਿਤੇ ਪਤੋ ਪਤਾ ਕਰ ਲਿਓ ਵੀ ਉਹਦੀਆਂ ਡਿਗਰੀਆਂ ਕਿੰਨੀਆਂ ਹਨ ਤੁਸੀਂ ਵੀ 40 ਸਾਲ ਲਾਏ ਆ ਅਸੀਂ ਤੁਹਾਡੇ ਜਵਾਕਾਂ ਵਰਗੇ ਆ ਤੇ ਤੁਸੀਂ ਸਾਨੂੰ ਕਦੇ ਖਾਲਸਤਾਨੀ ਦੱਸਦੇ ਹੋ ਕਦੇ ਤੁਸੀਂ ਸਾਨੂੰ ਕਹਿੰਦੇ ਆ ਵੀ ਇਹ ਘੋਲ ਨੂੰ ਤਾਰਪੀੜੋ ਕਰ ਰਹੇ ਆ ਇਹ ਘੋਲ ਨੂੰ ਖਰਾਬ ਕਰ ਰਹੇ ਆ ਕੀ ਖਰਾਬ ਕਰ ਰਹੇ ਆ ਕਿਸੇ ਕਦੇ ਆ ਕੇ ਤੁਸੀਂ ਕਦੇ ਬਜ਼ੁਰਗਾਂ ਦੀ ਬਾਤ ਪੁੱਛੀ ਐ ਕਦੇ ਪਤਾ ਕੀਤਾ ਵੀ ਦੁੱਧ ਕਿੱਥੋਂ ਆਉਂਦਾ ਜਾਂ ਰਾਸ਼ਨ ਪਾਣੀ ਜਾਂ ਹੋਰ ਕਿਸੇ ਨੂੰ ਕੋਈ ਪ੍ਰੋਬਲਮ ਪੈਂਦੀ ਹੈ ਪੰਜ ਲਾਸ਼ਾਂ ਥੋਡੀਆਂ ਜਥੇਬੰਦੀ ਅਗਰਾਹਾਂ ਦੀਆਂ ਅਸੀਂ ਭੇਜੀਆਂ ਬਿਨਾਂ ਝੰਡੇ ਤੋਂ ਠੀਕ ਹੈ ਥੋੜਾ ਤਾਂ ਇੰਨਾ ਵੀ ਨਹੀਂ ਹੋਇਆ ਵੀ ਤੁਸੀਂ ਆ ਕੇ ਉਹਨਾਂ ਤੇ ਝੰਡਾ ਹੀ ਪਾ ਦਿਓ ਕੋਈ ਉਹਨਾਂ ਨੂੰ ਆ ਕੇ ਉਹਨਾਂ ਦੀ ਉਹਨਾਂ ਦੀ ਖੇਦਮਤ ਦੇ ਵਿੱਚ ਚਾਰ ਨਾਰੇ ਹੀ ਲਾ ਦਿਓ ਆ ਕੇ ਥੋਥੋ ਇਹ ਵੀ ਨਹੀਂ ਸਰਿਆ ਠੀਕ ਹੈ ਅਸੀਂ ਉਹ ਚੀਜ਼ਾਂ ਵੀ ਜਿਹੜਾ ਲੁਕੋ ਕੇ ਰੱਖਿਆ ਯਾਰ ਵੀ ਅਸੀਂ ਅਸੀਂ ਕਿਦਣ ਦੇ ਡੌਂਡੀ ਪਿੱਟੀ ਜਾਂਨੇ ਆ ਯਾਰ ਆਪਾਂ ਏਕਾ ਰਖਣਾ ਆਪਾਂ ਏਕਾ ਰਖਣਾ ਆਪਾਂ ਏਕਾ ਰਖਣਾ ਆਪਾਂ ਖਿੰਡਣ ਨਹੀਂ ਦੇਣਾ ਯਾਰ ਇਹ ਬਜ਼ੁਰਗ ਨੇ ਗਲਤੀਆਂ ਹੋ ਜਾਂਦੀਆਂ ਨੇ ਠੀਕ ਹੈ ਪਰ ਯਾਰ ਜਿਹੜੀ ਗੱਲ ਸੱਚ ਆ ਜਿਨੇ ਘੇਰਿਆ ਉਹਨਾਂ ਦੇ ਤਾਂ ਨਾ ਤੁਸੀਂ ਲੈ ਨਹੀਂ ਕੀ ਗੱਲ ਉਹ ਉਹਨਾਂ ਉਹਨਾਂ ਵਾਰੀ ਕੀ ਹੋ ਗਿਆ ਤੁਹਾਨੂੰ ਜੋ ਸੱਚ ਸੀ ਜਿਹੜੀ ਤੁਹਾਡੀ ਜਿਹੜੇ ਜਿਹੜੇ ਬੰਦੇ ਮੰਨ ਲਓ ਉੱਥੇ ਮੂਰੇ ਸੀ ਠੀਕ ਹੈ ਜਿਨ੍ਹਾਂ ਨੇ ਤੁਹਾਡੇ ਤੋਂ ਸਵਾਲ ਪੁੱਛਿਆ ਪਤਾ ਤੁਹਾਨੂੰ ਵੀ ਆ ਪਰ ਸਿਰਫ ਤੁਸੀਂ ਰੁਪਿੰਦਰ ਨੂੰ ਬਦਨਾਮ ਕਰਨਾ ਠੀਕ ਹੈ ਨਾਲ ਤੁਹਾਡੇ ਡਰਾਈਵਰ ਨੂੰ ਵੀ ਇਸ ਗੱਲ ਦਾ ਪਤਾ ਹੈ ਕੀ ਨਾਮ ਸੀ ਲੱਖੀ ਦਾ ਰਾਜੂ ਰਾਮ ਰਾਜੂ ਰਾਜੂ ਰਾਮ ਨਗਰ ਵਾਲਾ ਜਿਹੜਾ ਤੁਹਾਡਾ ਡਰਾਈਵਰ ਆ ਨਾ ਉਹਨੂੰ ਪੁੱਛਿਆ ਵੀ ਰੁਪਿੰਦਰ ਸੀਗਾ ਕਿ ਨਹੀਂ ਲੱਖੀ ਭਾਈ ਬਖਤੌਰ ਵਾਲਾ ਸੀਗਾ ਕਿ ਨਹੀਂ ਅਸੀਂ ਪਿੱਛੇ ਖੜੇ ਸੀ ਅਸੀਂ ਇਹ ਗੱਲ ਨੂੰ ਗਲਤ ਮੰਨਦੇ ਆ ਵੀ ਉਹ ਗਲਤ ਹੋਇਆ ਨਹੀਂ ਸੀ ਹੋਣਾ ਚਾਹੀਦਾ ਸੀ ਤੁਹਾਡੀ ਰਿਸਪੈਕਟ ਕਰਦੇ ਆ ਪਰ ਅਗਰਾਹਾ ਸਾਹਿਬ ਸੋਚ ਸਮਝ ਕੇ ਕੋਈ ਵੀ ਗੱਲ ਜਿਹੜੀ ਹੁੰਦੀ ਹੈ ਨਾ ਉਹਦੀ ਚੰਗੀ ਤਰ੍ਹਾਂ ਕੋਖ ਕਰਕੇ ਠੀਕ ਹੈ ਅਸੀਂ ਅੱਜ ਵੀ ਤੁਹਾਡੀ ਰਿਸਪੈਕਟ ਕਰਦੇ ਆ ਠੀਕ ਹੈ ਤੁਹਾਡੇ ਤੋਂ ਉਮੀਦਾਂ ਨੇ ਸਾਰੇ ਆਗੂਆਂ ਤੋਂ ਉਮੀਦਾਂ ਨੇ ਸੰਯੁਕਤ ਮੋਰਚੇ ਤੋਂ ਉਮੀਦਾਂ ਨੇ ਸਾਡੇ ਜਰਨੈਲ ਤੁਸੀਂ ਆ ਅਸੀਂ ਤੁਹਾਡੇ ਪਿੱਛੇ ਲੱਗ ਕੇ ਆਏ ਹੋਏ ਆ ਅੱਜ ਰੁਪਿੰਦਰ ਮਾੜਾ ਹੋ ਗਿਆ ਅਰਪਿੰਦਰ ਜਿੱਦਣ ਤੁਹਾਨੂੰ ਕਰੇ 20-2000 ਕਰੇ 25-25000 ਦੀਆਂ ਪਰਚੀਆਂ ਕਟਾਉਂਦਾ ਸੀ ਨਾ ਕਦੇ ਫਲਾਣੇ ਥਾਂ ਤੋਂ ਫੰਡ ਲਿਆ ਕੇ ਦਿੰਦਾ ਸੀ ਉਹਦੇ ਰੁਪਿੰਦਰ ਬਹੁਤ ਚੰਗਾ ਸੀ ਰਾਤ ਜਿਹੜੇ ਬੰਦੇ ਆਏ ਆ 25 ਬਾਈ ਮਨਜੀਤ ਘਰਾਚੋ ਨਾਲ ਉਹਦੇ ਬਾਈ ਇੱਕ ਲੌਂਗਵਾਲ ਵਾਲਾ ਹੁੰਦਾ ਪੱਕੇ ਜਿਹੇ ਰੰਗ ਦਾ ਤੇ ਕੁਛ ਬੰਦੇ ਸੁਖਨੇ ਆ ਬਲੂ ਦੇ ਸੀ ਆ ਕੋਠੇ ਵਾਲੇ ਬਸੰਤ ਦੀ ਗੱਡੀ ਸੀਗੀ ਠੀਕ ਆ ਜਿਹੜਾ ਸਾਡਾ ਬਲਾਕ ਪ੍ਰਧਾਨ ਆ ਭਗਤੇ ਦਾ ਠੀਕ ਆ ਸਾਰੀਆਂ ਉਂਗਲਾਂ ਮੈਨੂੰ ਪਤਾ ਤੁਹਾਨੂੰ ਇਹਨਾਂ ਨੇ ਲਾਈਆਂ ਸ਼ਿੰਗਾਰੇ ਮਾਨ ਨੇ ਤੇ ਬਸੰਤ ਕੋਠੇ ਗੁਰੂ ਨੇ ਤੁਹਾਡੇ ਕੋਲੇ ਅਗਰਾਹਾ ਸਹੀ ਗੱਲ ਨਹੀਂ ਪਹੁੰਚ ਰਹੀ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਆਪਦੇ ਬੰਦਿਆਂ ਤੇ ਯਕੀਨ ਕਰਨ ਦੀ ਬਜਾਏ ਕੋਈ ਆਪਦੀ ਇਨਵੈਸਟੀਗੇਸ਼ਨ ਇੱਕ ਟੀਮ ਹੋਰ ਰੱਖੋ ਠੀਕ ਹੈ ਉਹ ਉਹ ਤੁਹਾਨੂੰ ਦੱਸੇ ਜਿਹੜੀ ਗੱਲ ਸਚਾਈ ਕੀ ਆ ਕੀ ਗੱਲਬਾਤ ਆ ਕੀ ਨਹੀਂ ਗੱਲਬਾਤ ਤੁਸੀਂ ਇਹ ਨਹੀਂਗਾ ਵੀ ਤੁਹਾਡੇ ਹੱਥ ਮਾਇਕ ਆਗਾ ਜੇ ਕਾਡਰ ਵੱਡੇ ਆ ਨਾ ਤੁਹਾਡੇ ਜੇ ਤੁਹਾਡੇ ਕੱਠ ਵੱਡੇ ਆ ਨਾ ਤਾਂ ਕਿਰਪਾ ਕਰਕੇ ਆਪਦੀ ਸੋਚ ਤੇ ਇਹਦਾ ਇਹਦਾ ਦਾਇਰਾ ਵੱਡਾ ਕਰੋ ਸੋਚ ਦਾ ਦਾਇਰਾ ਵੱਡਾ ਕਰੋ ਉਹਨੂੰ ਲੌਂਗ ਟਾਈਮ ਲੰਬੀ ਸੋਚੋ ਵੀ ਸੌਰੀ ਮਾਫੀ ਚਾਹੁੰਨਾ ਥੋੜੀ ਨੈਟਵਰਕ ਪ੍ਰੋਬਲਮ ਆ ਗਈ ਸੀ ਸੋ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਇਹ ਘੋਲ ਸਾਡਾ ਸਾਰਿਆਂ ਦਾ ਸਾਂਝਾ ਠੀਕ ਹੈ ਆਪਾਂ ਲੜਨ ਆਏ ਹੋਏ ਆਪਾਂ ਇੱਥੇ ਇੱਕ ਦੂਜੇ ਨਾਲ ਕਿੜਾ ਕੱਢਣ ਨਹੀਂ ਆਏ ਹੋਏ ਠੀਕ ਹੈ ਅ ਕੋਈ ਵੀ ਬਿਆਨਬਾਜ਼ੀ ਕਰਨੀ ਆ ਬਿਆਨਬਾਜ਼ੀਆਂ ਕਰਕੇ ਹੀ ਸਾਡਾ ਮੋਰਚਾ ਅੱਧਾ ਹੋਇਆ ਪਿਆ ਅੱਜ ਇਹ ਜੇ ਬਿਆਨਬਾਜ਼ੀਆਂ ਚੰਗੀਆਂ ਹੁੰਦੀਆਂ ਨਾ ਅਗਰਾਹਾ ਸਾਹਿਬ ਜਾਂ ਸਾਰੇ ਸੰਯੁਕਤ ਮੋਰਚੇ ਤੋਂ ਉਧਰੋਂ ਹੁੰਦੀਆਂ ਨਾ ਬਿਆਨਬਾਜ਼ੀਆਂ ਚੰਗੀਆਂ ਤਾਂ ਅੱਜ ਨੂੰ ਸਾਡਾ ਮੋਰਚਾ ਅਸੀਂ ਜਿੱਤਿਆ ਹੋਣਾ ਸੀ ਅਸੀਂ ਤੁਹਾਡੇ ਜਵਾਕਾਂ ਵਰਗੇ ਆ ਅਸੀਂ ਅਸੀਂ ਨਾ ਅਸੀਂ ਕੋਈ ਏਜੰਸੀ ਸੋ ਅਸੀਂ ਕੋਈ ਏਜੰਸੀਆਂ ਦੇ ਬੰਦੇ ਨਹੀਂ ਗਏ ਅਸੀਂ ਆਮ ਪਰਿਵਾਰਾਂ ਦੇ ਵਿੱਚੋਂ ਜ਼ਿਮੀਂਦਾਰਾਂ ਦੇ ਪੁੱਤਾਂ ਅਸੀਂ ਕੋਈ ਬਾਲੇ ਉਹ ਨਹੀਂ ਗਏ ਅਸੀਂ ਤਾਂ ਨਮਾਣੇ ਜੇ ਹਾਂ ਜਿਹੜਾ ਕੋਈ ਤੁਹਾਡੇ ਲਈ ਕੰਮ ਕਰਦਾ ਉਹ ਭਾਣਾ ਸਿੱਧੂ ਸੀ ਤੁਹਾਡੇ ਲਈ ਪੀਟਰ ਰੇੜਿਆਂ ਤੇ ਚੜ ਕੇ ਇਹ ਪਤਾ ਨਹੀਂ ਕਿੰਨਾ ਕੁਛ ਉਹਨੇ ਬੰਦੇ ਨੇ ਕੀਤਾ ਉਹਨੂੰ ਵੀ ਤੁਸੀਂ ਬਹੁਤ ਇਨਾਮ ਦਿੱਤਾ ਬਹੁਤ ਜ਼ਿਆਦਾ ਇਨਾਮ ਦਿੱਤਾ ਕਲਾਕਾਰਾਂ ਨੂੰ ਵੀ ਮੈਨੂੰ ਪਤਾ ਲੱਗਿਆ ਤੁਸੀਂ ਇੱਕ ਦੋ ਨੂੰ ਚੰਗਾ ਜਿਹੜਾ ਇਨਾਮ ਦਿੱਤਾ ਠੀਕ ਹੈ ਅ ਕਿਰਪਾ ਕਰਕੇ ਜਿੰਨੀ ਗੱਲ ਹੁੰਦੀ ਆ ਠੀਕ ਐ ਓਨੀ ਕਰਿਆ ਕਰੋ ਤੁਸੀਂ ਬਹੁਤ ਬਜ਼ੁਰਗ ਹੋ ਤੁਹਾਡੀ ਤੁਹਾਡੀ ਬਹੁਤ ਕਦਰ ਹੈ ਸਾਡੇ ਦਿਲ ਦੇ ਵਿੱਚ ਪਰ ਜਿਹੜੀ ਸਚਾਈ ਹੈ ਉਹਨੂੰ ਪੇਸ਼ ਕਰੋ ਕਿਸੇ ਦੇ ਉੱਤੇ ਗਾਜ ਨਾ ਸਿੱਟੋ ਠੀਕ ਐ ਵੀ ਉੱਥੇ ਐ ਕਰਤਾ ਜੀ ਉੱਥੇ ਮੁੰਡਿਆਂ ਨੇ ਇਹ ਕਰਤਾ ਉੱਥੇ ਉਹ ਕਰਤਾ ਠੀਕ ਐ ਬਾਕੀ ਮੈਂ ਅਖੀਰ ਦੇ ਵਿੱਚ ਇਹੀ ਬੇਨਤੀ ਕਰਨੀ ਚਾਹੁੰਦਾ ਸਾਰਿਆਂ ਨੂੰ ਅਸੀਂ ਸੇਵਾ ਕਰਨੀ ਚਾਹੁੰਨੇ ਆ ਠੀਕ ਆ ਅਸੀਂ ਇੱਥੇ ਪਹਿਲੇ ਦਿਨ ਤੋਂ ਬੈਠੇ ਆ ਅਸੀਂ ਦਿਲੋਂ ਸੇਵਾ ਕਰਨੀ ਚਾਹੁੰਦੇ ਆ ਤੇ ਅਸੀਂ ਡਟੇ ਸੀ ਡਟੇ ਹਾਂ ਡਟੇ ਰਹਾਂਗੇ ਮੈਨੂੰ ਕੋਈ ਪ੍ਰੋਬਲਮ ਪੈਂਦੀ ਆ ਮੇਰੇ ਨਾਲ ਦੇ ਬੰਦੇ ਨੂੰ ਕੋਈ ਪ੍ਰੋਬਲਮ ਪੈਂਦੀ ਆ ਕਹੇ ਬੰਦੇ ਦਾ ਨੁਕਸਾਨ ਹੁੰਦਾ ਠੀਕ ਆ ਕਹੇ ਬੰਦੇ ਦੇ 7 ਵਜੇ ਦੀ ਆ ਕੋਈ ਮੈਨੂੰ ਕੋਈ ਮੈਂ ਮਰਦਾ ਉਹਦਾ ਜ਼ਿੰਮੇਵਾਰਾ ਉਹਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਹੋਵੇਗੀ ਕਿਉਂਕਿ ਰਾਤ 11 ਵਜੇ ਆ ਕੇ ਸਾਡੇ ਤੇ ਬਦਮਾਸ਼ੀ ਕਰਕੇ ਗਏ ਆ ਬਦਮਾਸ਼ੀ ਕਰਨ ਨੂੰ ਅਸੀਂ ਵੀ ਕੋਈ ਚੂੜੀਆਂ ਨਹੀਂ ਪਾਈਆਂ ਹੋਈਆਂ ਠੀਕ ਹੈ ਅਸੀਂ ਵੀ ਕੋਈ ਐ ਇਦਾਂ ਨਹੀਂਗੇ ਬੈਠੇ ਠੀਕ ਹੈ ਪਰ ਅਸੀਂ ਏਕਾ ਜਾਉਨੇ ਆ ਸੀ ਆਪਦਿਆਂ ਨੂੰ ਬਦਨਾਮ ਕਰਕੇ ਠੀਕ ਆ ਉਹ ਨਹੀਂ ਕਰਨੇ ਸਾਡਾ ਦੁਸ਼ਮਣ ਜਿਹੜਾ ਉਹ ਨਰਿੰਦਰ ਮੋਦੀ ਆ ਤੇ ਵੱਡੇ ਕਾਰਪੋਰੇਟ ਘਰਾਣੇ ਆ ਅਸੀਂ ਉਹਨਾਂ ਨੂੰ ਹੀ ਆਪਦਾ ਦੁਸ਼ਮਣ ਮੰਨਦੇ ਆ ਤੁਸੀਂ ਸਾਨੂੰ ਆਪਦੇ ਦੁਸ਼ਮਣ ਮੰਨੋ ਪਰ ਅਸੀਂ ਤੁਹਾਨੂੰ ਆਪਦੇ ਦੁਸ਼ਮਣ ਨਹੀਂ ਮੰਨਦੇ ਕਿਉਂਕਿ ਅਸੀਂ ਤੁਹਾਡੀ ਰਿਸਪੈਕਟ ਕਰਦੇ ਆ ਜਿਹੜੀ ਰਾਤ ਕਰਤੂਤ ਖੰਡਾਈ ਆ ਨਾ ਇੱਥੇ ਆ ਕੇ ਬਦਮਾਸ਼ੀ ਕਰਨ ਵਾਲੀ ਜਿਹੜੇ ਤੁਸੀਂ ਕਹਿੰਦੇ ਕੱਢੋ ਵੱਡਾ ਬਦਮਾਸ਼ ਬਾਹਰ ਅਸੀਂ ਬਦਮਾਸ਼ ਨਹੀਂ ਅਸੀਂ 5 ਮਹੀਨੇ ਹੋ ਗਏ ਅਸੀਂ ਸੇਵਾਦਾਰ ਬਣ ਕੇ ਹੀ ਇੱਥੇ ਵਿਚਰ ਰਹੇ ਆ ਅਸੀਂ ਸੇਵਾਦਾਰ ਬਣ ਕੇ ਇਹ ਸਾਰਾ ਟਿਕਰੀ ਬਾਰਡਰ ਤੇ ਪੰਜਾਬ ਦੇ ਉਹ ਲੋਕ ਜਾਣਦੇ ਨੇ ਜਿਹੜੇ ਲੋਕ ਇੱਥੇ ਰਹਿ ਕੇ ਗਏ ਨੇ ਰੁਪਿੰਦਰ ਜਲਾਲ ਬਾਰੇ ਵੀ ਜਾਣਦੇ ਨੇ ਡਾਕਟਰ ਸੁਆਭੀਮਾਨ ਬਾਰੇ ਵੀ ਜਾਣਦੇ ਨੇ ਤੇ ਥੋੜੇ ਬਾਰੇ ਵੀ ਪਤਾ ਵੀ ਤੁਸੀਂ ਕਿੰਨਾ ਕਾ ਕੇ ਲੋਕਾਂ ਦੀ ਬਾਹ ਫੜੀ ਆ ਇੱਥੇ ਸਾਨੂੰ ਬੁਲਾਓ ਨਾ ਅਸੀਂ ਅਸੀਂ ਤੁਹਾਡੇ ਪਿੱਛੇ ਆ ਠੀਕ ਹੈ ਸਾਨੂੰ ਜਿਹੜੇ ਸਰਟੀਫਿਕੇਟ ਤੁਸੀਂ ਪਹਿਲਾਂ ਵੀ ਦੇਣੇ ਸੀ ਏਜੰਸੀਆਂ ਦੇ ਬੰਦੇਆਂ ਵਾਲੇ ਇਹ ਉਹ ਬਹੁਤ ਦਿੱਤੇ ਆ ਬਹੁਤ ਦਿੱਤੇ ਆ ਅਸੀਂ ਉਹ ਪੀ ਗਏ ਅਸੀਂ ਉਹ ਪੀ ਗਏ ਚੁੱਪ ਕਰਕੇ ਪੀ ਗਏ ਯਾਰ ਵੀ ਚਲੋ ਛੱਡੋ ਵੀ ਆਪਾਂ ਯਾਰ ਅੰਦੋਲਨ ਨੂੰ ਖਰਾਬ ਨਹੀਂ ਕਰਨਾ ਠੀਕ ਹੈ ਵੀ ਆਪਾਂ ਅੰਦੋਲਨ ਨਹੀਂ ਖਰਾਬ ਕਰਨਾ ਠੀਕ ਹੈ ਪਰ ਤੁਹਾਡੀਆਂ ਜਿਹੜੀਆਂ ਬਿਆਨਬਾਜ਼ੀਆਂ ਉਗਰਾਹਾਂ ਸਾਬ ਜਾਂ ਹੋਰ ਬੰਦੇਆਂ ਦੀਆਂ ਬਿਆਨਬਾਜ਼ੀਆਂ ਉਹ ਕੋਈ ਜਿਹੜੀਆਂ ਆ ਜੋੜਨ ਵਾਲੀਆਂ ਨਹੀਂ ਇਸ ਅੰਦੋਲਨ ਨੂੰ ਉਏ ਐ ਕਰਨ ਵਾਲੀਆਂ ਨਹੀਂ ਉਹ ਐ ਕਰਨ ਵਾਲੀਆਂ ਤੁਸੀਂ ਸਰਜੀਤ ਫੂਲ ਬਾਰੇ ਪਤਾ ਨਹੀਂ ਕੀ ਕੀ ਬਿਆਨ ਦੇਈ ਜਾਂਦੇ ਹੋ ਪਤਾ ਨਹੀਂ ਕਿਸੇ ਨੂੰ ਕੀ ਕੁਛ ਕਹੀ ਜਾਂਦੇ ਹੋ ਤੁਸੀਂ ਆਪ ਤਾਂ ਈਕਾ ਕਰ ਲੋ ਆ ਆਪ ਤਾਂ ਈਕਾ ਕਰ ਲੋ ਮੈਂ ਗਲਤ ਨਹੀਂ ਕਹਿੰਦਾ ਬੇਚ ਵੀਰ ਗਲਤ ਕਮੈਂਟ ਵੀ ਕਰ ਰਿਹਾ ਮੈਂ ਗਲਤ ਨਹੀਂ ਕਹਿੰਦਾ ਬਯੁਰਗ ਨੇ ਹੋ ਜਾਂਦੀਆਂ ਗਲਤੀਆਂ ਪਰ ਅਗਰਾਹਾ ਸਾਹਿਬ ਦਿਮਾਗ ਠੰਡੇ ਤੋਂ ਕੰਮ ਲੈ ਕੇ ਉਂਗਲਾਂ ਤੋਂ ਬਚ ਕੇ ਕੰਨਾਂ ਦੇ ਕੱਚੇ ਨਾ ਬਣੋ ਤੁਸੀਂ ਬਹੁਤ ਵੱਡੇ ਲੀਡਰ ਹੋ ਐਸ ਟਾਈਮ ਤੁਹਾਡੇ ਤੋਂ ਬਹੁਤ ਵੱਡੀਆਂ ਉਮੀਦਾਂ ਨੇ ਸਾਨੂੰ ਤਾਂ ਪਹਿਲੇ ਦਿਨ ਤੋਂ ਉਮੀਦਾਂ ਨੇ ਅਸੀਂ ਤਾਂ ਹੀਓ ਤੁਹਾਡੇ ਨਾਲ ਚੱਲ ਕੇ ਆਏ ਹੋਏ ਆਂ ਪਰ ਸਾਨੂੰ ਆਹ ਤੁਸੀਂ ਇਨਾਮ ਦਿਓਗੇ ਸਾਨੂੰ ਇਹਦਾ ਪੂਰਾ ਵੀ ਇਲਮ ਨਹੀਂ ਸੀਗਾ ਪੂਰਾ ਵੀ ਇਲਮ ਨਹੀਂ ਸੀ ਅਸੀਂ ਉਹ 27 28 29 ਵਾਲੀਆਂ ਘਟਨਾਵਾਂ ਭੁੱਲ ਕੇ ਜਦੋਂ ਸਾਨੂੰ ਇਹ ਗੱਲ ਆ ਕੇ ਆਖੀ ਗਈ ਸੀ ਵੀ ਤੁਸੀਂ ਤਾਂ ਏਜੰਸੀਆਂ ਦੇ ਬੰਦੇ ਐ ਇੱਥੇ ਭਾਜੋ ਤੁਹਾਨੂੰ ਚੁਕਾ ਦੇਾਂਗੇ ਪੁਲਿਸ ਲਾਲਕੇਲੇ ਵਾਲੀ ਮੀਟਿੰਗ ਆਲੇ ਘਰੇ ਹੁੰਦੀ ਰਹੀ ਆ ਦੀਪ ਸਿੱਧੂ ਲੱਖਾ ਸਧਣਾ ਇੱਥੇ ਆਉਂਦੇ ਰਹੇ ਆ ਠੀਕ ਹੈ ਮੈਂ ਅੱਜ ਵੀ ਕਹਿੰਦਾ ਲੱਖਾ ਅੱਜ ਵੀ ਮੇਰਾ ਭਰਾ ਹੈ ਲੱਖਾ ਕੱਲ ਵੀ ਮੇਰਾ ਭਰਾ ਸੀ ਲੱਖਾ ਕੱਲ ਨੂੰ ਵੀ ਮੇਰਾ ਭਰਾ ਰਹੂਗਾ ਠੀਕ ਹੈ ਸਾਡੇ ਜੋ ਮਤ ਪਏ ਸੀ ਉਹ ਅਸੀਂ ਪਿੱਛੇ ਛੱਡ ਕੇ ਇਸ ਅੰਦੋਲਨ ਦੇ ਨਾਲ ਦਿਲੋਂ ਤੁਰਿਆ ਕਿ ਆ ਜੈਲਸ ਹੋ ਗਈ ਵੀ ਮੈਂ ਲੱਖੇ ਹੋਂਾ ਦੇ ਨਾਲ ਵੀ ਖੜਾਗਾ ਤੇ ਤੁਹਾਡੇ ਨਾਲ ਵੀ ਇਧਰੋਂ ਖੜਾਗਾ ਠੀਕ ਹੈ ਕਿ ਆ ਜੈਲਸ ਹੋ ਗਈ ਵੀ ਮੈਂ ਥੋੜੇ ਦਿਨ ਪਹਿਲਾਂ ਵੀ ਮੈਂ ਆਪਦੀ ਗਲਤੀ ਦਾ ਜਿਹੜਾ ਮੈਨੂੰ ਅਹਿਸਾਸ ਹੋਇਆ ਮੈਂ ਦੀਪ ਸਿੱਧੂ ਵਾਲੀ ਪੋਸਟ ਪਾਤੀ ਤੇ ਤੁਸੀਂ ਸੋ ਮੈਂ ਹੱਥ ਵਨ ਕੇ ਬੇਨਤੀ ਕਰਦਾ ਅਸੀਂ ਕੋਈ ਅਤਵਾਦੀ ਨਹੀਂਗੇ ਅਸੀਂ ਕੋਈ ਖਾਲਸਤਾਨੀ ਨਹੀਂ